ਬੜੀ ਮੁਸ਼ਕਿਲ ਆਈ ਆ ਆਪਣੀ ਮਾਂ ਨੂੰ ਸਮਝਾ। ਮੈਂ ਨੀ ਸਮਝਾ ਸਕਦੀ, ਤੈਨੂੰ ਪਤਾ ਸਾਡੀਆਂ ਮਾਵਾਂ ਨੂੰ ਕੋਈ ਵੀ ਨੀ ਸਮਝਾ ਸਕਦਾ। ਮੈਂ ਤੇਰੀ ਮਾਂ ਦੀ ਹੁੱਕੇ ਦੇ ਨੇੜੇ ਜੇ ਨਾ ਘੂਟ ਛੱਡ ਦੇ ਨਾ ਯਾਰ, ਤੇਰੀ ਮਾਂ ਕੀ ਕਰਕੇ ਵੀ ਹੈਗੀ ਮੈਂ ਤੈਨੂੰ ਕੀ ਦੱਸਾਂ। ਤੈਨੂੰ ਤੇ ਪਤਾ ਸਾਡਾ ਤੇ ਦਿਲ ਕਰਦਾ ਸੀ ਜਿੱਤ ਕੇ ਬਹਿ ਜੀ ਕਿਤੇ, ਮਾਵਾਂ ਨੀ ਟਿਕਣ ਦਿੰਦੀਆਂ। ਉਦਾਰ ਦੀ ਕਸਮੇ ਵਿਆਹ ਕਰ ਲਈ, ਐਸੇ ਤਵੀਜ਼ ਕਰਾ ਦੀ, ਅਸੀਂ ਤਲਾਕ ਲੈ ਲੈਣੀਆਂ 3 ਮਹੀਨੇ ਬਾਅਦ। ਮੁੜ ਕੇ ਬੁੱਢੀ ਮੁੜ ਕੇ ਛੱਡੀ ਤਾਂ ਕੀ ਹੁੰਦਾ ਜੀ, ਮੁੜ ਕੇ ਬੰਬ ਲੱਭਣ ਵਾਲੀਆਂ ਸੋਟੀਆਂ ਲੈ ਕੇ ਫਿਰ ਸੀਗੇ। ਚੱਲ ਵੇ ਚੱਲ, ਤੈਨੂੰ ਕੀ ਪਤਾ ਹੋਵੇ, ਤੈਨੂੰ ਪਤਾ ਹੀ ਨਹੀਂ ਮਾਵਾਂ ਸਾਡੀਆਂ ਬੜੀਆਂ ਚੰਗੀਆਂ ਨੇ। ਜੋ ਵੀ ਹੈ ਬੇਵਕੂਫਾ, ਮਾਂ ਜਿੰਜ ਦੀ ਮਰਜ਼ੀ ਹੋਵੇ ਮਾਂ ਮਾਂ ਹੁੰਦੀ। ਇਹਦੇ ਚ ਕੋਈ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਮਾਵਾਂ ਠੰਡੀਆਂ ਛਾਵਾਂ, ਮਾਂ ਜ਼ਮੀਨ ਦਾ ਏ ਰੱਬ ਲੋਕੋ, ਕਿਉਂ ਨਹੀਂ ਸਮਝਦੇ ਸਭ ਲੋਕੋ। ਮਾਂ ਜ਼ਮੀਨ ਦਾ ਏ ਰੱਬ ਲੋਕੋ, ਕਿਉਂ ਨਹੀਂ ਸਮਝਦੇ ਸਭ ਲੋਕੋ। ਪਿਓ ਜੰਨਤ ਮਾਂ ਜੰਨਤ ਦਾ ਝੂਟਾ, ਇਹ ਤੇ ਮੌਤ ਨੂੰ ਵੀ ਲੈਂਦੀ ਜੇ ਸਭ ਲੋਕੋ, ਕਿਉਂ ਨਹੀਂ ਸਮਝਦੇ ਸਭ ਲੋਕੋ। ਜਿਹਨੇ ਮਾਂ ਨੂੰ ਰਵਾਇਆ ਦਿਲ ਪਿਓ ਦਾ ਦੁਖਾਇਆ, ਜਿਹਨੇ ਮਾਂ ਨੂੰ ਰਵਾਇਆ ਦਿਲ ਪਿਓ ਦਾ ਦੁਖਾਇਆ, ਉਹਨੇ ਸੁੱਖ ਕਿਤੇ ਨਾ ਪਾਇਆ। ਪੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਸ਼ਾਨ ਸਭ ਦੀ ਆਪੋ ਆਪਣੀ ਪਰ ਮਾਪਿਆਂ ਦੀ ਸ਼ਾਨ ਵੱਖਰੀ। ਮੈਨੂੰ ਲੱਗਦਾ ਇਹਦਾ ਮਾਂ ਬਣਨ ਨੂੰ ਦਿਲ ਕਰ ਰਿਹਾ। ਇਹੋ ਜਿਹੀਆਂ ਗੱਲਾਂ ਘਰ ਕਰਿਆ ਕਰੋ, ਮੈਂ ਦਵਾਈ ਖਾ ਕੇ ਆਇਆ। ਉਹ ਦਵਾਈ ਤਾਂ ਮੈਨੂੰ ਯਾਦ ਆ ਗਿਆ, ਇੱਕ ਅਸਲ ਵਾਕਿਆ। ਇੱਥੇ ਪਿੱਛੇ ਮੈਨੂੰ ਗਿਟਕਾ ਫੜਾ ਦਿਓ, ਮੈਂ ਪੜ੍ਹੀ ਜਾਵਾਂ। ਅਸੀਂ ਮੁਜਰਾ ਸੁਣਨਾ, ਤੂੰ ਮਰੀਆਂ ਮਾਵਾਂ ਯਾਦ ਕਰਾਉਣ ਡਈ। ਚੱਲ ਵੇ, ਦਵਾਈ ਖਾਧੀ? ਦਵਾਈ ਤਾਂ ਮੈਨੂੰ ਇੱਕ ਵਾਕਿਆ ਯਾਦ ਆ ਗਈ, ਬੜਾ ਅੱਛਾ ਸੁਣਾ ਦਿਆ। ਅੱਲਾ ਪਾਕ ਦੀ ਕਸਮੇ, ਅਸਲ ਵਾਕਿਆ ਜੇ ਅਸਲ ਵਾਕਿਆ। ਔਰ ਮੈਂ ਦੱਸਾਂ ਵੀ, ਕਿਉਂਕਿ ਤੁਸੀਂ ਸਾਡੇ ਪੜ੍ਹੇ, ਤੁਹਾਨੂੰ ਪਤਾ ਹੋਣਾ ਚਾਹੀਦਾ ਵਿੱਕੀ ਦੀ ਸਿਹਤ ਦਾ ਰਾਜ਼। ਮੈਂ ਉਧਰ ਗਈ, ਫਿਰ ਨਿਕਲੀ ਇਹਦੇ ਕੋਲੋਂ ਇੰਨੀਆਂ ਦਵਾਈਆਂ ਗਲਤ। ਮੈਂ ਉਹਨੂੰ ਕਿਹਾ, ਮੈਂ ਕਿਹਾ ਖਾਨਾ ਖਰਾਬ ਹੈ, ਇਹਦੇ ਨਾਲ ਗੁਰਦੇ ਫੇਲ ਹੋ ਜਾਂਦੇ ਨੇ। ਕਹਿੰਦਾ ਅੱਗੇ ਬੜਾ ਮੈਟਰ ਚ ਪੜਨ ਡੇ ਨੇ ਹੁਣ ਦੇ। ਕਸਟਮ ਵਾਲਿਆਂ ਨੂੰ ਪਤਾ ਨਹੀਂ ਸੀ ਲੱਗਣਾ ਕਿ ਦਵਾਈਆਂ ਦਾ ਦੀ। ਹਾਂ ਇਹਨੇ ਤੁਸੀਂ ਅਗਲੇ ਭਾਵੇਂ ਪੱਕੇ ਹੋ ਜਾਣ, ਅੱਲਾ ਪਾਕ ਦੀ ਕਸਮੇ ਮੇਰਾ ਭਰਾ ਬਣਿਆ। ਇੱਥੇ ਦੀ ਗੱਲ ਝੂਠੀ ਹੁੰਦੀ ਭੈਣ। ਜਦੋਂ ਤੁਸੀਂ ਮੈਨੂੰ ਜਾਨ ਜਾਨ ਕਹਿੰਦੇ ਹੋ ਨਾ, ਕੀ ਬੱਚਿਆਂ ਵਾਲੀਆਂ ਹਰਕਤਾਂ ਕਰ ਰਹੇ ਹੋ ਭਾਈ? ਸਾਡੀਆਂ ਦਵਾਈਆਂ ਵੀ ਫੜਾਈ ਜਾਣ ਦੀ ਹਰਕਤਾਂ ਨਹੀਂ ਕਰਦੇ।
ਉਹ ਪੰਜਰਾ ਤੂੰ ਸਾਡਾ ਵੀ ਇਹ ਤਾਂ ਤੂੰ ਸੀਨ ਲਿਖ ਦਿਆ ਕਰ ਅੱਲਾ ਮਾਫ ਕਰੇ ਮੈਂ ਕਦੇ ਨੀ ਕਿਹਾ ਲੱਗਦੇ ਹੋ ਖੁਦਾ ਪਾਕ ਦੀ ਕਸਮ ਹੈ ਤੁਸੀਂ ਹੈ ਹੋ ਮੱਛਰਾਂ ਦਾ ਸਪਰੇਅ ਕਰਨ ਵਾਲਾ ਆ ਗਏ ਆਹੋ ਲੱਕ ਤੇ ਆਣਾ ਹੀ ਸੀ ਬੱਚੀ ਕਿਹੜੀ ਸੀ ਨਾਲ ਉਹ ਭਾਈ ਇੱਧਰ ਵੀ ਸਪਰੇਅ ਕਰਦੀ ਹੁੰਦਾ ਮੈਂ ਮੁਬਾਰਕ ਹੋਏ ਅਸੀਂ ਦੋ ਗਏ ਹਾਂ ਤਿੰਨ ਹੋ ਗਏ ਉਹ ਸਾਕਲ ਆਹੋ ਜੇ ਗੰਜੇ ਦੇ ਵਿੱਚੋਂ ਤੇ ਇਹ ਤਕੀਆ ਜੰਮਣਾ ਸੀ ਨਾ ਆਹੋ ਸਾਕਲ ਆਪਣੇ ਬਾਰੇ ਸੋਚੋ ਮੈਂ ਤੇ ਵੈਸ ਪਾਂ ਸਾਰਾ ਕੁਛ ਮੇਰੇ ਕੋਲ ਪੁੱਛਣਾ ਕੰਜਰੋ ਇਹਦੇ ਬਾਰੇ ਉਦਣ ਕਹਿਣ ਡਿਆ ਕਿ ਤਿਰਲੀ ਜਾਨ ਵੀ ਹਾਜ਼ਰ ਦਸ ਕੁ ਮਿੰਟ ਖਲੋ ਜਾ ਕਰਿਆ ਤੋਂ ਅਜੇ ਹੁਣੇ ਹੀ ਆਇਆ ਮੈਂ ਮਰਦ ਜਾਤ ਨੂੰ ਗਾਲ ਉੱਤੇ ਹੋ ਤਾਂ ਫੇਰਾ ਦੇਖ ਮੋਟਰ ਵੇ ਪਾਲੀ ਗੱਡੀ ਆਵਾਜ਼ ਬਹੁਤ ਆਉਂਦੀ ਸ਼ੀਸ਼ੇ ਚਾੜ ਲਓ ਯਾਦ ਰੱਖੀ ਦੂਜਾ ਮੇਰਾ ਹੀ ਚਲੋ ਬਈ ਅੱਲਾ ਫਿਰ ਬੱਚੇ ਜਾਗਦੇ ਮੈਨੂੰ ਤਾਂ ਰਾਤ ਰਹਿੰਦੇ ਹਾਂ ਚੱਲ ਚੱਲ ਬਾਜੀ ਨੂੰ ਫੈਕਟਰੀ ਛੱਡ ਕੇ ਆ ਚੱਲ ਜਲਦੀ ਜਾ ਗੱਡੀ ਜਰਾ ਰਵਾ ਹੋ ਲੈਂਦੇ ਥੋੜੀ ਜਿਹੀ ਠਹਿਰ ਜਾ ਹਾਲੀ ਤੇ ਸ਼ੁਰੂ ਹੀ ਹੋਇਆ ਮੇਰੀ ਦਵਾਈ ਤੇ ਨੀ ਖਾ ਗਿਆ ਮੇਰੀ ਦਮੇ ਵਾਲੀ ਦਵਾਈ ਸੀ ਯਾਰ ਉਹ ਦਮ ਕਰਕੇ ਰੱਖੀ ਚੁਰਾਨਵੇਂ ਦੇ ਸ਼ੁਰੂ ਹੋਏ ਆ
ਮੇਲੇ ਚ ਲੱਗਾ ਇਹ ਕਿੱਧਰ ਗਿਆ ਉਹ ਚੋਰ ਹੈਗਾ ਬਾਬੇ ਦੀ ਵਾਰੀ ਬਾਬਾ ਚੱਲ ਤੂੰ ਫੇਰਾ ਲਾ ਅੱਛਾ ਜੀ ਹਾਂਜੀ ਬਸ ਸਾਈਕਲ ਮੇਰੇ ਅੱਗੇ ਕਰ ਦੇ ਤੂੰ ਪਹਿਲੇ ਤੁਸੀਂ ਮੈਂ ਕਹਿੰਦੇ ਬਹਿ ਜਾਂਦੇ ਪਿੱਛੋਂ ਧੋਤੀ ਉੱਠਣ ਡਈ ਹੈ ਤੇ ਪਿੱਛੋਂ ਬੜੀ ਦਬੰਗ ਨਜ਼ਰ ਆਣ ਡਈ ਹੈ ਨਹੀਂ ਬਾਬਾ ਜੀ ਖੈਰ ਮੈਂ ਪੈਣੀ ਆ ਤੁਹਾਡੇ ਨਾਲ ਲੱਗੇ ਆ ਜਾਓ ਸ਼ੇਖਾ ਹੁਣ ਮੇਰੇ ਕੋਲ ਪੈਸੇ ਵੱਟਣੇ ਓਏ ਸਹੀ ਇਹਨਾਂ ਨੇ ਦੇਖਾਂ ਨੀ ਮੋਮਬੱਤੀ ਪਾਵੇ ਆ ਜਾਓ ਆ ਜਾਓ ਐ ਮੈਂ ਬਹਿ ਗਈ ਜੀ ਆਓ ਤੇ ਸਹੀ ਅਮਾਨਤਾ ਰਾਤ ਦਾ ਥੱਕਿਆ ਨਹੀਂ ਪਾਪਾ ਜੀ ਬਹਿ ਜਾ ਬੈਠੋ ਨਾ ਤੁਸੀਂ ਤਾਂ ਮੇਰੀ ਮਜ਼ਾਕ ਕਰਨ ਡਏ ਹੈਲੋ ਮੈਂ ਆਈ ਜੀ ਆ ਜਾਓ ਓਹੋ ਗਾਣੇ ਲੱਗਾ ਸਾਈਕਲ ਲੈ ਬੱਚੇ ਨੀ ਲਿਆ ਸਕਦਾ